ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਟਰੈਕਟਰ ਮਾਫੀਆ ਚੈਨਲ 'ਤੇ। ਅਤੇ ਹਾਜ਼ਰ ਹਾਂ ਜੀ ਇੱਕ ਅਜਿਹੀ ਵੀਡੀਓ ਦੇ ਨਾਲ ਜੋ ਕਿ ਤੁਹਾਡੇ ਹੋਸ਼ ਉਡਾ ਦੇਵੇਗੀ ਕਿ ਦਿੱਲੀ ਵਿੱਚ ਪ੍ਰਧਾਨ ਬਹੁਤ ਹੀ ਸਸਤੇ ਭਾਅ 'ਤੇ ਮਿਲ ਰਹੀ ਹੈ ਅਤੇ ਇਹ ਕਿਉਂ ਮਿਲ ਰਹੀ ਹੈ ਅਤੇ ਪੰਜਾਬ ਵਿੱਚ ਪ੍ਰਧਾਨ ਇੰਨੀ ਮਹਿੰਗੀ ਕਿਉਂ ਮਿਲਦੀ ਹੈ, ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਚੈਨਲ 'ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗੇ ਬੈਲ ਦੇ ਆਈਕੋਨ ਨੂੰ ਦਬਾ ਦਿਓ ਤਾਂ ਕਿ ਜਿਹੜੀ ਵੀ ਆਪਾਂ ਅੱਗੇ ਤੋਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ। ਅਤੇ ਹੁਣ ਤੁਹਾਡਾ ਬਹੁਤਾ ਸਮਾਂ ਲੈਂਦੇ ਹੋਏ ਜੀ ਕਰਦੇ ਹਾਂ ਇਸ ਵੀਡੀਓ ਨੂੰ ਸ਼ੁਰੂ ਕਿ ਪੰਜਾਬ ਵਿੱਚ ਇੰਨੇ ਦਿਨੀ ਝੋਨੇ ਦੀ ਫਸਲ 'ਤੇ ਪੱਤਾ ਲਪੇਟ ਅਤੇ ਗੋਭੀ ਦੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਅਤੇ ਝੋਨੇ 'ਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਪ੍ਰਧਾਨ 4G ਨੂੰ ਲੈ ਕੇ ਕਿਸਾਨਾਂ ਵਿੱਚ ਇੱਕ ਬਹੁਤ ਵੱਡੀ ਉਲਝਣ ਦੀ ਸਥਿਤੀ ਬਣੀ ਹੋਈ ਹੈ। ਪ੍ਰਧਾਨ ਕੀਟਨਾਸ਼ਕ ਦਵਾਈ ਹੈ ਜੋ ਕਿ ਪਿਛਲੇ ਸਾਲ ਤਕਰੀਬਨ 60 ਰੁਪਏ ਪ੍ਰਤੀ ਕਿਲੋ ਮਿਲ ਜਾਂਦੀ ਸੀ ਅਤੇ ਇਸ ਸਾਲ ਕੰਪਨੀ ਦੀ ਪ੍ਰਧਾਨ ਦਾ ਥੋਕ ਭਾਅ 90 ਤੋਂ 110 ਰੁਪਏ ਪ੍ਰਤੀ ਕਿਲੋ ਹੈ। ਪੰਜਾਬ ਵਿੱਚ ਕਿਸਾਨਾਂ ਵੱਲੋਂ ਪ੍ਰਧਾਨ ਦਿੱਲੀ ਦੀ ਮੰਡੀ 'ਚੋਂ ਸਿਰਫ 30 ਰੁਪਏ ਪ੍ਰਤੀ ਕਿਲੋ ਲਿਆਂਦੀ ਜਾ ਰਹੀ ਹੈ। ਬਰੇਟਾ ਬਟਲਾਡਾ ਦੇ ਸੈਂਕੜੇ ਕਿਸਾਨਾਂ ਰੋਜ਼ ਰੋਜ਼ਾਨਾ ਦਿੱਲੀ ਤੋਂ ਪ੍ਰਧਾਨ ਲਿਆ ਰਹੇ ਹਨ ਅਤੇ ਦਿੱਲੀ 'ਚੋਂ ਪ੍ਰਧਾਨ ਦੀ ਖਰੀਦ ਕਰ ਰਹੇ ਹਨ। ਕਿਸਾਨਾਂ ਦੀ ਵੀਡੀਓ ਵਿਖਾਈ ਜਿਹੜੀ ਜਾ ਰਹੀ ਹੈ ਤੁਹਾਨੂੰ ਦਿਖਾਉਣੇ ਅੱਗੇ ਉਹ ਵੀਡੀਓ, ਜੇਕਰ ਦਿੱਲੀ ਵਾਲੀ ਪ੍ਰਧਾਨ ਅਸਲੀ ਹੈ ਤਾਂ ਫਿਰ ਕੰਪਨੀਆਂ 3 ਗੁਣਾ ਵੱਧ ਰੇਟ ਕਿਉਂ ਵਸੂਲ ਰਹੀਆਂ ਹਨ, ਅਤੇ ਜੇ ਇਹ ਪ੍ਰਧਾਨ ਨਕਲੀ ਹੈ ਤਾਂ ਫਿਰ ਕਿਸਾਨ ਨਕਲੀ ਪ੍ਰਧਾਨ ਕਿਉਂ ਖਰੀਦਦੇ ਹਨ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜਾਗਰੂਕ ਕਿਉਂ ਨਹੀਂ ਕਰ ਰਿਹਾ। ਪ੍ਰਧਾਨ ਖਰੀਦਣ ਵਾਲੇ ਕਿਸਾਨਾਂ ਦਾ ਕਹਿਣਾ ਕਿ ਦਿੱਲੀ 'ਚੋਂ ਇੱਕ ਦੁਕਾਨਦਾਰ ਤੋਂ ਉਹਨਾਂ ਨੂੰ 30 ਰੁਪਏ ਕਿਲੋ ਦੇ ਹਿਸਾਬ ਨਾਲ ਪ੍ਰਧਾਨ ਮਿਲ ਰਹੀ ਹੈ। ਦੁਕਾਨਦਾਰ ਨੇ GST ਕੱਟ ਕੇ ਕਿਸਾਨਾਂ ਨੂੰ ਬਿੱਲ ਵੀ ਦਿੱਤਾ ਅਤੇ ਪੰਜਾਬ ਨਾਲੋਂ 80 ਰੁਪਏ ਸਸਤੀ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਸਸਤੀ ਪ੍ਰਧਾਨ ਹੋਣ ਕਰਕੇ ਖਰੀਦੀ ਹੈ, ਕੁਆਲਿਟੀ ਚੈੱਕ ਕਰਨਾ ਜਿਹੜਾ ਸਰਕਾਰ ਦਾ ਕੰਮ ਹੈ। ਅਤੇ ਕਿਸਾਨ ਵੀਰੋ, ਤੁਹਾਡੇ ਇਸ ਜਿਹੜੀ ਦਵਾਈ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਫਿਰ ਆਪਾਂ ਉਸ 'ਤੇ ਵੀਡੀਓ ਬਣਾਵਾਂਗੇ। ਅਤੇ ਹੁਣ ਤੁਹਾਨੂੰ ਉਹ ਵੀਡੀਓ ਵਿਖਾਉਣੇ ਜਿਸ ਵਿੱਚ ਕਿਸਾਨ ਦਿੱਲੀ ਤੋਂ ਪ੍ਰਧਾਨ ਖਰੀਦ ਰਹੇ ਹਨ ਅਤੇ ਆਓ ਤੁਹਾਨੂੰ ਦਿਖਾਉਂਦੇ ਹੁਣ ਉਹ ਵੀਡੀਓ। ਆਹ ਦੇਖ ਲਓ ਜੀ ਦਿੱਲੀ ਦਾ ਹਾਲ, ਸਸਤੀ ਪ੍ਰਧਾਨ ਪੰਜਾਬ